ਇਹ ਤਸਵੀਰਾਂ ਜ਼ਿਲ੍ਹਾ ਮਾਨਸਾ ਦੇ ਪਿੰਡ ਜੋਗਾ ਦੀਆਂ ਨੇ, ਜਿੱਥੇ ਬੀਤੀ ਰਾਤ ਸੰਘਣੀ ਧੁੰਦ ਦਾ ਫਾਇਦਾ ਚੁੱਕਦੇ ਹੋਏ ਚੋਰਾਂ ਨੇ ਪਿੰਡ ਨੂੰ ਨਿਸ਼ਾਨਾ ਬਣਾਇਆ। ਦੱਸ ਦਈਏ ਕਿ ਪਿੰਡ ਜੋਗਾ ਦੇ ਖੇਤਾਂ 'ਚੋਂ ਬੀਤੀ ਰਾਤ ਚੋਰਾਂ ਨੇ ਦਰਜਨਾਂ ਟਰਾਂਸਫਾਰਮਰ ਚੋਰੀ ਕਰ ਲਏ ਹਨ। ਉਹ ਵੀ 440 ਵੋਲਟ ਵਾਲੇ ਖੰਭਿਆਂ ਤੋਂ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਚੋਰ ਟਰਾਂਸਫਾਰਮਰ ਉਤਾਰ ਕੇ ਫਰਾਰ ਹੋ ਗਏ। ਜਦੋਂ ਪਿੰਡ ਵਾਸੀਆਂ ਨੇ ਤੜਕਸਾਰ ਆ ਕੇ ਖੇਤਾਂ ਦਾ ਹਾਲ ਦੇਖਿਆ ਤਾਂ ਸਾਰਿਆਂ ਦੇ ਹੋਸ਼ ਫਾਕਤਾ ਹੋ ਗਏ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਚੋਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਬਈ ਪਹਿਲਾਂ ਤਾਂ ਆਪਣਾ ਪਿੰਡ ਜੋਗਾ ਹਨਾ, ਇੱਥੇ ਟਰਾਂਸਫਾਰਮ ਬਈ ਘੱਟ ਤੋਂ ਘੱਟ 17-18 ਚੋਰੀ ਹੋਏ ਨੇ, ਠੀਕ ਆ। ਰੋਜ਼ ਮੁੰਗੀ ਚੋਰੀ ਹੋ ਜਾਂਦੇ, ਪਰਸੋਂ ਵੀ ਪਹਿਲਾਂ ਵੀ ਸਾਡੇ ਪਿੰਡ ਕਦੇ ਤਾਰਾਂ ਲਾ ਕੇ ਲੈ ਗਏ ਟਰਾਂਸਫਾਰਮ। ਅੱਜ ਤੱਕ 2 ਸਾਲ ਹੋ ਗਏ ਇਹ ਚੋਰੀ ਚੱਲਦੀ ਨੂੰ, ਤੇ ਲਗਾਤਾਰ ਹੀ ਕਦੇ ਟਰਾਂਸਫਾਰਮਰ ਲੈ ਜਾਂਦੇ, ਕਦੇ ਤਾਰਾਂ ਕੱਟ ਕੱਟ ਲੈ ਜਾਂਦੇ ਆ ਬਈ। ਬਾਹਲਾ ਨਜਾਇਜ਼ ਬੁਰਾ ਹਾਲ ਹੋਇਆ ਪਿਆ ਇੱਥੇ। ਆਹ ਦੇਖ ਲਓ ਹਨਾ, ਇਹਦੇ ਵਿੱਚ ਇਕੱਲਾ ਥੋੜਾ ਜਿਹਾ ਤੇਲ ਰਹਿ ਗਿਆ, ਬਾਕੀ ਸਾਰਾ ਲੈ ਗਏ ਬਈ ਚੱਕ ਕੇ। ਤੇ ਕਿੰਨਾ ਕੁ ਨੁਕਸਾਨ ਆ ਜੇ ਆਪਾਂ ਗੱਲ ਕਰੀਏ ਜਿਹੜੇ ਬਾਈਆਂ ਦਾ, ਹੋਰਾਂ ਦਾ ਵੀ ਆ? ਨੁਕਸਾਨ ਤਾਂ ਬਈ 17-18 ਘਰਾਂ ਦਾ ਹੋਇਆ ਜਿਹੜਾ ਪਰਸੋਂ ਰਾਤ ਨੂੰ ਹੋਇਆਗਾ। ਤੇ ਕੀ ਮੰਗ ਕੀ ਕਰਦੇ ਆ? ਮੰਗ ਤਾਂ ਇਹੀ ਆ ਬਈ ਜਿਹੜੇ ਬੰਦੇ ਲੱਭ ਕੇ, ਜਿਹੜੇ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਪਹਿਲਾਂ ਵਾਲੇ ਤਾਂ ਲੱਭੇ ਨਹੀਂ ਗਏ, ਆਪਾਂ ਦੋਵੇਂ ਹੁਣ ਵਾਲੇ ਲੱਭ ਲਈਏ, ਠੀਕ ਹੈ। ਜੇ ਲੱਭ ਕੇ ਉਹਨਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਸਾਡਾ ਜਿਹੜਾ ਸਰਕਾਰੀ ਟਰਾਂਸਫਾਰਮ ਹੈ, ਠੀਕ ਹੈ, ਸਾਨੂੰ ਇਹ ਦੁਬਾਰੇ ਲੈ ਕੇ ਦਿੱਤਾ ਜਾਵੇ। ਇਹ ਤਾਂ ਸਰਕਾਰੀ ਵਾਲਿਆਂ ਨੂੰ ਤਾਂ ਨਾ ਫਿਰ ਚਲੋ ਮਿਲਦੀ, ਜਿਹੜੇ ਦੂਸਰੇ ਨੇਗੇ ਉਹਨਾਂ ਦਾ ਤਾਂ ਉਦੋਂ ਵੱਧ ਨੁਕਸਾਨ ਹੋਊ। ਹਾਂ ਬਈ, ਉਹਨਾਂ ਦਾ ਵੀ ਪ੍ਰਸ਼ਾਸਨ ਨੂੰ ਜ਼ਿੰਮੇਵਾਰੀ ਹੈ ਵੀ ਜਿਹੜਾ ਉਹਨਾਂ ਦਾ ਨੁਕਸਾਨ ਹੋਇਆ, ਠੀਕ ਆ, ਉਹਨਾਂ ਦੀ ਭਰਪਾਈ ਕੀਤੀ ਜਾਵੇ, ਠੀਕ ਹੈ। ਕਿਉਂਕਿ ਇਹ ਐਂ ਨਹੀਂ ਸੀ ਇਹਨਾਂ ਦਾ ਮੁਆਵਜ਼ਾ ਦਿੱਤਾ ਜਾਵੇ, ਚਾਹੇ ਹੁਣ ਮੰਨ ਲਓ 2 ਸਾਲ ਹੋ ਗਏ, ਅੱਜ ਤੱਕ ਕੋਈ ਬੰਦਾ ਫੜਿਆ ਨਹੀਂ ਗਿਆ ਇਹਨਾਂ ਤੋਂ, ਠੀਕ ਆ ਨਾ। ਕਦੇ ਤਾਂ ਕੋਈ ਬੰਦਾ ਫੜੀ ਜਾਵੇ, ਅੱਜ ਤੱਕ ਫੜੀ ਨਹੀਂ ਗਿਆ ਬਈ ਕੋਈ। ਟਰਾਂਸਫਾਰਮ ਦਾ ਬਈ ਯਾਰ 25-30 ਹਜ਼ਾਰ ਦਾ ਲਾ ਲਾ, 20-25 ਹਜ਼ਾਰ ਦਾ ਨੁਕਸਾਨ ਤਾਂ ਹੈਗੀ ਆ ਘੱਟੋ ਘੱਟ। ਤੇ ਬਾਕੀ ਡਿਲੀਵਰੀਆਂ ਦੀ ਕੇਬਲ ਵੱਢੀ ਗਈ ਹੈਗੀ, ਡਬਲ ਕੇਬਲ ਸੀਗੀ, ਮੰਨ ਲਾ ਵੀ 3 ਡਰਾਈਵਰੀਆਂ ਦੀ ਕੇਬਲ ਵੱਢੀ ਗਈ ਹੈ, 25 ਦਾ ਟਰਾਂਸਫਾਰਮ ਸੀਗਾ। ਤੇ ਬਾਕੀ ਬਾਈ ਨਾਂਗਾ ਨਹੀਂ, ਕੋਈ ਵਾਜਤਾ ਨਹੀਂ ਯਾਰ, ਪਤਾ ਨਹੀਂ ਕਿਵੇਂ ਰੱਬ ਜਾਣਦਾ ਕਿਵੇਂ ਲੈ ਕੇ ਗਿਆ ਕਿਵੇਂ ਨਾ ਲੈ ਕੇ ਗਿਆ। ਜਮਾਂ ਇਕੱਲਾ ਪੁਰਜਾ ਖੋਲਤਾ, ਘੱਟੋ ਘੱਟ 2-3 ਵਿੱਚ ਵੀ ਕਣਕ ਦੇ ਮਰ ਗਏ ਹੋਣਗੇ, ਸਣੇ ਸਟਾਰਟਰ ਲਏ ਖੋਲ ਕੇ ਬਈ ਯਾਰ। ਦਰਖਾਸਤ ਦੇ ਤੀ ਵੱਡੇ ਭਾਈ ਥਾਣੇ 'ਚ। ਕੀ ਮੰਗ ਕਰਦੇ? ਮੰਗ ਤਾਂ ਵੀਰੇ ਐਂ ਆ ਗਈ ਵੀ ਹੁਣ ਜਰਾ ਇਹਦਾ ਹੱਲ ਕੋਈ ਹੋਣਾ ਚਾਹੀਦਾ ਸਰਕਾਰ ਨੂੰ ਵੱਲੋਂ, ਜਾਂ ਕੋਈ ਬੰਦੇ 'ਤੇ ਕਾਰਵਾਈ ਕੀਤੀ ਜਾਵੇ। ਹੈਂ, ਹੁਣ ਐਡਾ ਵੱਡਾ ਨੁਕਸਾਨ ਯਾਰ, ਕਿਸਾਨ ਕਿੱਥੇ ਹੁਣ? ਤੂੰ ਐਸਾ ਵਾਲਾ ਵੀ ਹੁਣ ਵਾਲਾ ਜੀਰੀ ਕਣਕ ਬੀਜੀ ਹੋਈ ਹੈ, ਦੇਖ ਜੀਰੀ ਦੇਖ ਵੱਢੀ ਕੇ ਵੇਚਤੀ, ਹੁਣ 1000 ਰੁਪਏ ਕਿਹੜੇ ਕੋਲ ਕਿਸੇ ਕੋਲ ਪਏ ਹੁੰਦੇ ਨੇ, ਦੇਖ ਹੈ ਨਾ। ਜੇ ਬਾਕੀ ਗੱਲ ਜੇ ਪੈਸੇ ਹੈ ਵੀ ਹੈਗੇ ਕਿ ਬਾਣੀਆਂ ਬੁਣੀਆਂ ਚੱਕੂ ਕਿੰਨਾ ਵਿਆਜ ਗੱਪਾ 100 ਕੁਛ ਬਣ ਜਾਂਦਾ ਨਾ, ਇੰਨੇ ਪੈਸੇ ਕਿਸੇ ਕੋਲ ਵੀ ਨਹੀਂ ਹੁੰਦੇ ਬਾਈ। ਬਾਕੀ ਕਣਕ ਪਾਣੀ ਮੰਗਦੀ ਸੀ, ਕਣਕ ਨੂੰ ਪਾਣੀ ਲਾਉਣਾ ਸੀ ਕੱਲ੍ਹ ਨੂੰ ਯਾਰ, ਕਣਕ ਜਮ੍ਹਾਂ ਸੁੱਕੀ ਜਾਂਦੀ ਹੈ, ਸੂਏ 'ਚ ਪਾਣੀ ਨਹੀਂ ਹੈਗਾ ਗਾ ਵੀ। ਜਦ ਬੰਦਾ ਨਹਿਰੀ ਪਾਣੀ ਲਿਆਉਂਦਾ ਜਾਂ ਕੋਈ ਲਵੇ ਸਾਧਨ ਹੁੰਦਾ ਵੀ ਉਹਦੇ ਨਾਲ ਰਮਾ ਆਉਂਦਾ ਹੈਗਾ। ਹੈਂ, ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਦੇ ਵਿੱਚ ਇਹ ਕੋਈ ਪਹਿਲੀ ਘਟਨਾ ਨਹੀਂ, ਇਸ ਤੋਂ ਪਹਿਲਾਂ ਵੀ ਕਈ ਵਾਰਦਾਤਾਂ ਹੋ ਚੁੱਕੀਆਂ ਹਨ ਤੇ ਸਮੇਂ-ਸਮੇਂ ਸਿਰ ਪੁਲਿਸ ਪ੍ਰਸ਼ਾਸਨ ਨੂੰ ਅਤੇ ਬਿਜਲੀ ਵਿਭਾਗ ਨੂੰ ਵੀ ਸੂਚਿਤ ਕੀਤਾ ਗਿਆ, ਪਰ ਪ੍ਰਸ਼ਾਸਨ ਵੱਲੋਂ ਇਸ ਬਾਰੇ ਕੋਈ ਵੀ ਦਿਲਚਸਪੀ ਨਹੀਂ ਦਿਖਾਈ ਗਈ। ਅਜਿਹੇ 'ਚ ਦੇਖਣਾ ਹੋਵੇਗਾ ਕਿ ਪੁਲਿਸ ਚੋਰਾਂ ਨੂੰ ਫੜਨ 'ਚ ਕਾਮਯਾਬ ਹੋ ਪਾਵੇਗੀ ਜਾਂ ਫਿਰ ਨਹੀਂ। ਹਕੀਕੀ ਟੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਖੀ ਦੀ ਰਿਪੋਰਟ।